ਅੱਜ ਇੰਡੋ ਕੈਨੇਡੀਅਨ ਆਰਟਿਸਟ ਕਲੱਬ ਵੱਲੋਂ ਆਪਣਾ ਦੂਸਰਾ ਸਾਲਾਨਾ ਸਮਾਗਮ ਫਲਕਰ ਜਵਾਲ ਕੈਲਗਰੀ ਵਿੱਚ ਬਣਾਇਆ ਗਿਆ। ਇਹਦੇ ਵਿੱਚ ਜਿੱਥੇ ਬਹੁਤ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਜਿਨ੍ਹਾਂ ਨੇ ਸਮਾਜ ਦੇ ਵਿੱਚ ਰਹਿੰਦਿਆਂ ਬਹੁਤ ਸਾਰੇ ਸੋਸ਼ਲ ਕੰਮਾਂ ਵਿੱਚ ਯੋਗਦਾਨ ਪਾਇਆ ਜਾਂ ਕਲਚਰ ਕੰਮਾਂ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਸਨਮਾਨ ਕੀਤਾ ਗਿਆ, ਜਿਹਦੇ ਵਿੱਚ ਬਲਵਿੰਦਰ ਕਾਹਲੋਂ ਜੀ ਡਰੱਗ ਅਵੇਅਰਨੈਸ, ਡਾਕਟਰ ਅਨਮੋਲ ਕਪੂਰ ਦਿਲਵਾਕ ਵਾਲੇ ਅਤੇ ਇਸ ਤੋਂ ਬਿਨਾਂ ਦੇਵ ਮਾਨ ਜੋ ਕਿ ਗਾਇਕ ਹਨ, ਲਾਡੀ ਸੂਸਾਂ ਵਾਲਾ ਗੀਤਕਾਰ, ਅਤੇ ਇਸ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਇਸ ਤੋਂ ਬਿਨਾਂ ਬਹੁਤ ਸਾਰੇ ਕਲਾਕਾਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸ਼ਿਰਕਤ ਕੀਤੀ ਆ। ਅਤੇ ਇੰਡੋ ਕੈਨੇਡੀਅਨ ਆਰਟਿਸਟ ਕਲਚਰ ਜਿਹੜਾ ਕਲੱਬ ਹੈ, ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਲੋਕਲ ਕਲਾਕਾਰਾਂ ਨੂੰ ਪ੍ਰਮੋਟ ਕੀਤਾ ਜਾਵੇ, ਜਿਹਦੇ ਵਿੱਚ ਕੈਨੇਡਾ ਦੇ ਕਲਾਕਾਰ ਜਾਂ ਕੈਲਗਰੀ ਦੇ ਲੋਕਲ ਕਲਾਕਾਰਾਂ ਨੇ ਵੀ ਕਾਫੀ ਪਰਫਾਰਮੈਂਸ ਦਿੱਤੀ, ਜਿਨ੍ਹਾਂ ਦੇ ਵਿੱਚ ਕੈਲਗਰੀ ਦੇ ਕਲਾਕਾਰਾਂ ਵਿੱਚੋਂ ਜਰਨੈਲ ਐਲੋ ਜੀ, ਜਿਨ੍ਹਾਂ ਨੂੰ ਕਿ ਅੱਜ ਲਾਲ ਚੰਦ ਯਮਲਾ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ, ਦਰਸ਼ਨ ਖੇਲਾ ਜੀ ਜਿਹੜੇ ਕਿ ਇੰਟਰਨੈਸ਼ਨਲ ਪ੍ਰਸਿੱਧੀ ਦੇ ਮਾਲਕ ਗਾਇਕ ਹਨ। ਇਸ ਤੋਂ ਬਿਨਾਂ ਐਡਮਿੰਟਨ ਤੋਂ ਉਪਿੰਦਰ ਮਠਾੜੂ, ਦੇਵ ਮਾਨ, ਵਾਨੀਆਂ ਜਬਰਾਨ, ਲਾਡੀ ਸੂਸਾਂ ਵਾਲਾ, ਅਤੇ ਉਹ ਇਸ ਤੋਂ ਬਿਨਾਂ ਮੋਨਿਕਾ ਡੀ, ਅਤੇ ਕੈਲਗਰੀ ਤੋਂ ਇੱਕ ਬੱਚਾ ਸਫਲ ਮਾਲਵਾ ਅਤੇ ਯੁਵਰਾਜ ਸਿੰਘ ਉਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ। ਸੋ ਇਹੋ ਜਿਹੇ ਪ੍ਰੋਗਰਾਮ ਜਿਹੜੇ ਕਿ ਪੂਰਨ ਸਾਹਿਤਕ ਪ੍ਰੋਗਰਾਮ ਆ, ਜਿਨ੍ਹਾਂ ਨੇ ਕਿ ਕੈਲਗਰੀ ਨਿਵਾਸੀਆਂ ਨੂੰ ਅੱਜ ਇਹ ਪਿਛਲੇ ਜਿਹੜੇ ਗੀਤ ਜਿਹੜੇ ਆਪਾਂ ਭੁੱਲ ਚੁੱਕੇ ਹਾਂ, ਸਾਰੇ ਗਾਇਕਾਂ ਨੇ ਉਹ ਗੀਤ ਗਾਏ, ਪੁਰਾਣੇ ਅਤੇ ਪੁਰਾਣੇ ਸੱਭਿਆਚਾਰ ਦੀ ਯਾਦਗਾਰ ਦਵਾਈ। ਕੋਈ ਵੀ ਅਸ਼ਲੀਲ ਗਾਇਕ ਜਾਂ ਕੋਈ ਗੀਤ ਸਟੇਜ ਦੇ ਉੱਪਰ ਨਹੀਂ ਗਾਇਆ ਗਿਆ। ਮੈਂ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਜੋ ਅੱਜ ਦਾ ਮਾਹੌਲ ਹੈ ਨਾ, ਕਿਸੇ ਦੀ ਸਕੀ ਭੈਣ ਤੋਂ ਬਿਨਾਂ ਕਿਸੇ ਦੀ ਕੋਈ ਸਕੀ ਭੈਣ ਨਹੀਂ, ਔਰ ਕਿਸੇ ਦੀ ਸਕੀ ਧੀ ਤੋਂ ਬਿਨਾਂ ਕੋਈ ਸਕੀ ਧੀ ਨਹੀਂ। ਮੇਰੇ ਸਾਹਮਣੇ ਬਹੁਤ ਹੀ ਸਤਿਕਾਰਯੋਗ ਸਿੱਖ ਵਿਰਸਾ ਤੋਂ ਪ੍ਰਚੰਡ ਪ੍ਰਹਾਰ ਜੀ, ਉਹਨਾਂ ਦੇ ਮਿਸਿਸ ਬੈਠੇ ਨੇ, ਉਹ ਚੰਗੀਆਂ ਗੱਲਾਂ ਵੀ ਪ੍ਰਮੋਟ ਕਰਦੇ। ਅਤੇ ਅੱਜ ਕੱਲ੍ਹ ਯਾਰ ਮਾਰ ਬੜੀ ਹੁੰਦੀ ਹੈ, ਆਪਾਂ ਨੂੰ ਸਭ ਨੂੰ ਪਤਾ, ਅਖਬਾਰਾਂ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ ਕਿ ਸਤਿ ਸ਼੍ਰੀ ਅਕਾਲ ਹੁੰਦੀ ਹੈ, ਜਦੋਂ ਘਰੇ ਆ ਕੇ ਕੁਛ ਹੋਰ ਹੀ ਹੁੰਦਾ।
ਕੈਨੇਡੀਅਨ ਆਰਟਿਸਟ ਕਲੱਬ ਵੱਲੋਂ ਸਾਡੇ ਅੱਜ ਦੇ ਜੋ ਅਸੀਂ ਪ੍ਰੋਗਰਾਮ ਸੈਕਿੰਡ 뮤직 ਫੈਸਟੀਵਲ ਕਰਵਾਇਆ ਵਾ ਇਸ ਦਾ ਉਦੇਸ਼ ਇੰਡੋ ਕੈਨੇਡੀਅਨ ਆਰਟਿਸਟ ਕਲੱਬ ਦਾ ਨਵੇਂ ਕਲਾਕਾਰਾਂ ਨੂੰ ਪ੍ਰਮੋਟ ਕਰਨਾ ਜੋ ਕਿ ਸਾਡਾ ਲੋਕਲ ਟੈਲੈਂਟ ਆ ਜਿਵੇਂ ਕਿ ਕਿਹਾ ਜਾਂਦਾ ਘਰ ਦਾ ਜੋਗੀ ਜੋਗ ਨਾ ਬਾਹਰ ਦਾ ਜੋਗੀ ਸਿੱਧ ਸੋ ਅਸੀਂ ਇਹ ਮਕਸਦ ਲੈ ਕੇ ਕਲੱਬ ਸੰਸਥਾ ਬਣਾਈ ਆ ਤਾਂ ਕਿ ਜਿਹੜਾ ਲੋਕਲ ਟੈਲੈਂਟ ਆ ਉਹਨਾਂ ਨੂੰ ਸਟੇਜ ਦੇ ਕੇ ਪ੍ਰਮੋਟ ਕੀਤਾ ਜਾ ਸਕੇ ਸੋ ਇਸ ਦੇ ਨਾਲ ਹੀ ਮੈਂ ਇਸ ਸੈਕਿੰਡ 뮤직 ਫੈਸਟੀਵਲ ਨੂੰ ਕਾਮਯਾਬ ਕਰਨ ਦੀ ਖਾਤਰ ਸਾਡੇ ਸਾਰੇ ਹੀ ਮੀਡੀਆ ਸਪਾਂਸਰਸ ਅਤੇ ਜੋ ਸਾਡੇ ਸਹਿਯੋਗੀ ਸਪਾਂਸਰਸ ਆ ਬਿਜ਼ਨਸਮੈਨ ਸਪਾਂਸਰਸ ਅਤੇ ਨਾਲ ਹੀ ਸਾਡੇ ਰੇਡੀਓ ਸੁਰ ਸੰਗਮ ਜੋ ਕਿ ਸਾਡੇ ਪਾਰਟਨਰ ਨੇ ਇਸ ਪ੍ਰੋਗਰਾਮ ਦੇ ਜਿਨ੍ਹਾਂ ਨੇ ਕਿ ਸਾਨੂੰ ਸਹਿਯੋਗ ਦਿੱਤਾ ਬਹੁਤ ਜ਼ਿਆਦਾ ਸੋ ਨਾਲ ਹੀ ਸਾਰੇ ਹੀ ਕਲਾਕਾਰਾਂ ਦਾ ਇੰਡੋ ਕੈਨੇਡੀਅਨ ਆਰਟਿਸਟ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇਸ ਖੂਬਸੂਰਤ ਦਿਨ ਨੂੰ ਬਹੁਤ ਵਧੀਆ ਬਣਾਇਆ ਆਪਣੀ ਕਲਾ ਦੇ ਰਾਹੀਂ ਸੋ ਅੱਗੇ ਤੋਂ ਅਸੀਂ ਉਮੀਦ ਕਰਦੇ ਹਾਂ ਅਤੇ ਨਾਲ ਹੀ ਸਰੋਤਿਆਂ ਦੇ ਨਾਲ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਇਸ ਮੇਲੇ ਨੂੰ ਹੋਰ ਵੀ ਵਧੀਆ ਲੈਵਲ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਸਾਨੂੰ ਅੱਜ ਕੈਲਗਰੀ ਦੇ ਨਿਵਾਸੀਆਂ ਵੱਲੋਂ ਸਹਿਯੋਗ ਮਿਲਿਆ ਸਰੋਤਿਆਂ ਦਾ ਸੋ ਅੱਗੇ ਤੋਂ ਅਗਰ ਸਾਨੂੰ ਸਰੋਤੇ ਇਸ ਤਰ੍ਹਾਂ ਲੋਕਲ ਟੈਲੈਂਟ ਨੂੰ ਖੋਚੋ ਕੇ ਸੁਣਨਗੇ ਤਾਂ ਅਸੀਂ ਇਸ ਮੇਲੇ ਨੂੰ ਬਹੁਤ ਵਧੀਆ ਵਧੀਆ ਹਾਲਾਂ ਦੇ ਵਿੱਚ ਵੱਡੇ ਇਕੱਠ ਦੇ ਵਿੱਚ ਅਗਲੇ ਸਾਲ ਤੋਂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਦਾਂ ਦੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁੰਦੇ ਰਹਿਣੇ ਚਾਹੀਦੇ ਆ ਮੈਂ ਬਲਜਿੰਦਰ ਸਿੰਘ ਕੈਲਗਰੀ ਤੋਂ ਜਗ ਪੰਜਾਬੀ ਟੀਵੀ ਦੇ ਲਈ